ਇਹਦੇ ਬਹੁਤ ਸਾਰੇ ਕੀੜੇ ਪਏ ਹੋਏ ਸੀਗੇ। ਸੰਗਤ ਜੀ ਬਹੁਤ ਸਾਰੇ ਪੇਸ਼ੈਂਟ ਬੜੀ ਬੁਰੀ ਬੁਰੀ ਹਾਲਤ ਦੇ ਵਿੱਚ ਲਗਾਤਾਰ ਸਰੂ ਮਿੰਟੀ ਸਰ ਕੋਰਟ ਦੇ ਕੇਅਰ ਸੈਂਟਰ ਤੇ ਪਹੁੰਚ ਰਹੇ ਆ। ਕਿੱਥੇ ਗੱਲ ਕਰੀਏ, ਸਾਰੇ ਹੀ ਬੜੇ ਭਿਆਨਕ ਭਿਆਨਕ ਹਾਲਾਤਾਂ ਤੇ ਪਹੁੰਚ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਬਹੁਤ ਸਾਰੇ ਪੇਸ਼ੈਂਟ ਬੜੀ ਬੁਰੀ ਬੁਰੀ ਹਾਲਤ ਦੇ ਵਿੱਚ ਲਗਾਤਾਰ ਸਰੂ ਮਿੰਟੀ ਸਰ ਕੋਰਟ ਦੇ ਕੇਅਰ ਸੈਂਟਰ ਤੇ ਪਹੁੰਚ ਰਹੇ ਹੈ, ਜਿਹੜਾ ਮੋਹਾਲੀ PGI ਹਸਪਤਾਲ ਤੋਂ 6 ਕਿਲੋਮੀਟਰ ਅੱਗੇ। ਸੰਗਤ ਨੂੰ ਲਗਾਤਾਰ ਬੇਨਤੀਆਂ ਕਰ ਰਹੇ ਹਾਂ, ਪਲੀਜ਼ ਜੋ ਥਰਡ ਸੈਂਟਰ ਬਣ ਰਿਹਾ ਖਰੜ ਲਾਗੇ ਉਹਦੇ ਵਿੱਚ ਸੇਵਾ ਸਹਿਯੋਗ ਦੀ ਬਹੁਤ ਲੋੜ ਹੈ। ਬੈਡਸ ਲਗਾਤਾਰ ਫੁੱਲ ਹੋਈ ਜਾ ਰਹੇ ਨੇ, ਕੱਲ੍ਹ ਅੰਮ੍ਰਿਤਸਰ ਲੈਣ ਜਾ ਰਹੇ ਹਾਂ ਪੇਸ਼ੈਂਟ, ਇੱਕ ਮਾਤਾ ਜੀ ਹੈ ਸਾਰੀ ਬੈਡਸ ਉਹਨਾਂ ਭਰੀ ਪਈ ਹੈ। ਨਵਾਂ ਪਿੰਡ ਤੋਂ ਪੇਸ਼ੈਂਟ ਆਇਆ ਆ, ਫਤਿਹਗੜ੍ਹ ਸਾਹਿਬ ਤੋਂ ਆਏ ਨੇ। ਕਿੱਥੇ ਗੱਲ ਕਰੀਏ, ਸਾਰੇ ਹੀ ਬੜੇ ਭਿਆਨਕ ਭਿਆਨਕ ਹਾਲਾਤਾਂ 'ਚ ਪਹੁੰਚ ਰਹੇ ਹਾਂ, ਤਾਂ ਹੀ ਲਗਾਤਾਰ ਬੇਨਤੀਆਂ ਕਰ ਰਹੇ, ਸਾਨੂੰ ਤੁਹਾਡੇ ਸੇਵਾ ਸਹਿਯੋਗ ਦੀ ਬਹੁਤ ਲੋੜ ਹੈ। ਪਲੀਜ਼ ਜੇ ਹੋ ਸਕੇ ਜਿੰਨਾ ਵੱਧ ਹੋ ਸਕੇ, ਤੁਹਾਡੇ ਬਹੁਤ ਲਾਗੇ ਹਾਂ, ਸਾਨੂੰ ਤੁਸੀਂ ਫੇਸਬੁੱਕ ਤੋਂ ਵੀ ਸਰਚ ਕਰ ਸਕਦੇ ਹੋ, ਸਰਵ ਹਿਊਮੈਨਿਟੀ ਸਰਵ ਬੋਰਡ ਜਾਂ SHSG.co.in ਨੰਬਰ ਤੁਸੀਂ ਥੱਲੇ ਦੇਖ ਹੀ ਰਹੇ ਹੋ, ਸਾਨੂੰ ਤੁਹਾਡੇ ਸਾਥ ਦੀ ਲਗਾਤਾਰ ਲੋੜ ਹੈ। ਸੋ ਬੇਨਤੀ ਹੈ ਸੰਗਤ ਨੂੰ, ਪਲੀਜ਼ ਸੇਵਾ ਦੇ ਵਿੱਚ ਨਾਲ ਜੁੜੋ, ਰਲ ਮਿਲ ਕੇ ਇਹ ਸੇਵਾ ਹੋ ਪਾਣੀ ਹੈ। ਪੇਸ਼ੈਂਟ ਬਹੁਤ ਜ਼ਿਆਦਾ ਨੇ, PGI ਹਸਪਤਾਲ ਚੰਡੀਗੜ੍ਹ ਤੋਂ 6 ਕਿਲੋਮੀਟਰ ਅੱਗੇ ਜ਼ਿਲ੍ਹਾ ਮੋਹਾਲੀ ਦੇ ਵਿੱਚ। ਜਿੰਨੇ ਵੀ ਲਿਮਿਟਡ ਰਿਸੋਰਸਿਸ ਹੁੰਦੇ ਆ ਉਸਦੇ ਨਾਲ ਬੈਸਟ ਸੇਵਾ ਸਹਿਯੋਗ ਦੇ ਵਿੱਚ ਹਿੱਸਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੰਗਤ ਨੂੰ ਹਮੇਸ਼ਾ ਬੇਨਤੀਆਂ ਕਰਦੇ ਹਾਂ, ਇਹ ਪਿੰਡ ਲੋਹਾਰੀ ਤੋਂ ਪੇਸ਼ੈਂਟ ਲੈ ਕੇ ਆਏ ਹਾਂ, ਹੁਣ ਦੋਨੋਂ ਸੈਂਟਰ ਫੁੱਲ ਰਹਿੰਦੇ ਹੈ, ਪੇਸ਼ੈਂਟ ਬੈੱਡ ਹੁੰਦੇ ਨਹੀਂ, ਸਮਝ ਨਹੀਂ ਆਉਂਦੀ ਕਿੱਥੇ ਸੇਵਾ ਸਹਿਯੋਗ 'ਚ ਹਿੱਸਾ ਪਾਈਏ। ਲੋਕ ਕਾਲ ਕਰਦੇ ਹਾਂ ਬੜੀ ਉਮੀਦਾਂ ਨਾਲ ਕਿ ਪੇਸ਼ੈਂਟ ਲੈ ਜਾਓ, ਹੈ ਨਾ, ਇੱਥੇ ਲਵਾਰਿਸ ਪਿਆ, ਇੱਥੇ ਕੀੜਿਆਂ 'ਚ ਪਿਆ, ਇੱਥੇ ਬੁਰੀ ਹਾਲਤ 'ਚ ਪਿਆ, ਜਾਂ ਸਾਡੇ ਘਰ MR ਬੱਚਾ, ਬਟ ਕਿੱਥੋਂ ਸਾਥ ਸੇਵਾ ਸਹਿਯੋਗ ਨਿਭਾ ਸਕੀਏ। ਅਸੀਂ ਬੈਸਟ ਕੋਸ਼ਿਸ਼ ਕਰਦੇ ਜਿੰਨਾ ਹੋ ਸਕੀਏ ਸਮਾਜ ਦੇ ਵਿੱਚ ਕੁਛ ਨਾ ਕੁਛ ਕੰਟਰੀਬਿਊਟ ਕਰੀਏ, ਬਟ ਜਿੱਥੇ ਜਿੱਥੇ ਅਕਾਲ ਪੁਰਖ ਨੇ ਸੇਵਾ ਲੈਣੀ ਉੱਥੇ ਉੱਥੇ ਹੋ ਪਾਏਗੀ। ਸੋ ਬੈਸਟ ਕੋਸ਼ਿਸ਼ ਕਰਦੇ ਹਾਂ, ਬਹੁਤ ਸਾਰੇ ਲੋਕ ਸਾਡੇ ਨਾਲ ਨਾਰਾਜ਼ ਵੀ ਹੋ ਜਾਂਦੇ ਹੈ, ਬਟ ਕਰੀਏ ਕਿਆ, ਸਾਡੇ ਕੋਲ ਜਿੰਨੇ ਲਿਮਿਟਡ ਰਿਸੋਰਸਿਸ ਹੈ ਜੋ ਬੈਸਟ ਕਰ ਸਕਦੇ ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ। ਵਾਹਿਗੁਰੂ ਦੇ ਬਹੁਤ ਸਾਰੇ ਕੀੜੇ ਪਏ ਹੋਏ ਸੀਗੇ, ਔਰ ਯਕੀਨ ਕਰਿਓ ਅਕਾਲ ਪੁਰਖ ਦੀ ਓਟ ਆਸਰਾ ਲੈ ਕੇ ਬੋਲ ਰਹੇ ਹਾਂ, ਅਗਲੇ 1 ਮਹੀਨੇ 'ਚ ਇਸ ਪੇਸ਼ੈਂਟ ਦੀ ਹਾਲਤ ਦੇਖਿਓ ਜੀ, ਬਹੁਤ ਵਧੀਆ ਹੋਏਗੀ, ਮੈਨੂੰ ਪੂਰੀ ਉਮੀਦ ਹੈ।